ਮੈਨੂੰ ਸਾਰਿਆਂ ਨੂੰ ਇਹ ਜਾਣਕਾਰੀ ਦੇਣ 'ਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜ਼ਿਲ੍ਹਾ ਕਚਹਿਰੀ ਲੁਧਿਆਣਾ ਵਿਖੇ ਅਤੇ ਸਾਡੀਆਂ ਸਬ ਡਿਵੀਜ਼ਨਸ ਲੁਧਿਆਣਿਆਂ ਦੀਆਂ ਜਗਰਾਉਂ, ਪਾਇਲ, ਖੰਨਾ ਅਤੇ ਸਮਰਾਲਾ ਵਿਖੇ 11 ਸਤੰਬਰ 2021 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ, ਜਿੱਥੇ ਕਿ ਸਾਰੇ ਝਗੜੇ ਜੋ ਕਿ ਦੀਵਾਨੀ ਮੁਕੱਦਮੇ, ਕੰਪਾਊਂਡੇਬਲ ਕ੍ਰਿਮੀਨਲ ਕੇਸ ਨੇ, MACT ਦੇ ਕਲੇਮ ਨੇ, ਜਾਂ ਪਰਿਵਾਰਕ ਮੈਟਰੀਮੋਨੀਅਲ ਕੇਸਿਸ ਨੇ, ਚੈੱਕ ਬਾਊਂਸ ਦੇ ਕੇਸ ਨੇ, ਟ੍ਰੈਫਿਕ ਚਲਾਨਸ ਨੇ, ਰੈਵਨਿਊ ਦੇ, ਲੇਬਰ ਦੇ ਕੇਸਿਸ ਨੇ, ਉਹ ਸਾਰੇ ਟੇਕਅਪ ਕੀਤੇ ਜਾਣਗੇ। ਲੋਕ ਅਦਾਲਤ ਦੇ ਵਿੱਚ ਜਿਹੜਾ ਵੀ ਫੈਸਲਾ ਹੁੰਦਾ ਹੈ ਉਹ ਆਪਸੀ ਰਜਾਮੰਦੀ ਨਾਲ ਬਿਠਾ ਕੇ ਕੀਤਾ ਜਾਂਦਾ ਹੈ ਅਤੇ ਉਹ ਫੈਸਲਾ ਅੰਤਿਮ ਹੁੰਦਾ ਹੈ, ਮਤਲਬ ਉਹਦੇ ਅਗੇਂਸਟ ਕੋਈ ਵੀ ਅਪੀਲ ਫਾਈਲ ਨਹੀਂ ਹੁੰਦੀ, ਤਾਂ ਕਿ ਤੁਹਾਡਾ ਝਗੜਾ ਹਮੇਸ਼ਾ ਲਈ ਖਤਮ ਹੋ ਸਕੇ ਅਤੇ ਇਸ ਨਾਲ ਅਸੀਂ ਆਪਣੀ ਪਰਿਵਾਰਕ ਸਾਂਝ ਜਾਂ ਰਿਲੇਸ਼ਨ ਨੂੰ ਵੀ ਬਚਾ ਸਕਦੇ ਹਾਂ। ਲੋਕ ਅਦਾਲਤ ਦੇ ਵਿੱਚ ਜਦੋਂ ਕੇਸ ਖਤਮ ਹੁੰਦਾ ਤਾਂ ਜਿੰਨੀ ਵੀ ਕੋਰਟ ਫੀਸ ਲੱਗੀ ਹੁੰਦੀ ਹੈ ਉਹ ਸਾਰੀ ਵਾਪਸ ਕਰ ਦਿੱਤੀ ਜਾਂਦੀ ਹੈ। ਸੋ ਮੈਂ PS ਕਾਲੇਕਾ ਬਤੌਰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਆਪਣੇ ਵੱਧ ਤੋਂ ਵੱਧ ਕੇਸ ਨੈਸ਼ਨਲ ਲੋਕ ਅਦਾਲਤ 11 ਸਤੰਬਰ 2021 ਨੂੰ ਲਗਵਾਓ, ਤਾਂ ਕਿ ਆਪਸੀ ਰਜਾਮੰਦੀ ਨਾਲ ਤੁਹਾਡੇ ਕੇਸਾਂ ਦਾ ਫੈਸਲਾ ਹੋ ਸਕੇ ਅਤੇ ਤੁਸੀਂ ਲੋਕ ਅਦਾਲਤ ਦਾ ਲਾਭ ਲੈ ਸਕੋ। ਲੋਕ ਅਦਾਲਤ ਵਿੱਚ ਕੇਸ ਲਗਵਾਉਣ ਲਈ ਤੁਸੀਂ ਕੰਸਰਨਡ ਕੋਰਟ ਦੇ ਵਿੱਚ ਐਪਲੀਕੇਸ਼ਨ ਦੇ ਸਕਦੇ ਹੋ ਜਾਂ ਤੁਸੀਂ ADR ਸੈਂਟਰ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਦੇ ਦਫ਼ਤਰ ਵਿੱਚ ਵੀ ਦਰਖਾਸਤ ਦੇ ਸਕਦੇ ਹੋ। ਧੰਨਵਾਦ।